ਹਾਂਜੀ ਗੇਟਵੇ ਟੂ ਇੰਗਲਿਸ਼ ਚੈਨਲ ਤੇ ਮੈਂ ਰਜਿੰਦਰ ਕੁਮਾਰ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਇਸ ਵੀਡੀਓ ਦੇ ਵਿੱਚ ਆਪਾਂ 9ਵੀਂ ਜਮਾਤ ਦੀ ਵਰਕਬੁੱਕ ਵਿੱਚੋਂ ਵਰਕਸ਼ੀਟ ਨੰਬਰ 16 ਜੋ ਹੈ ਸੋਲਵ ਕਰਨ ਜਾ ਰਹੇ ਹਾਂ ਇਹ 9ਥ ਕਲਾਸ ਦੀ ਵਰਕਬੁੱਕ ਹੈ ਬੇਟਾ 9ਥ ਕਲਾਸ ਦੇਖੋ ਮਾਈ ਇੰਗਲਿਸ਼ ਵਰਕਬੁੱਕ ਠੀਕ ਹੈ ਇਸ ਦੇ ਵਿੱਚੋਂ ਆਪਾਂ ਤੁਹਾਡੀ ਵਰਕਸ਼ੀਟ ਨੰਬਰ 16 ਸੋਲਵ ਕਰਾਂਗੇ ਠੀਕ ਹੈ ਹਾਂਜੀ ਇਹ ਲੈਸਨ ਦਾ ਨਾਮ ਹੈਗਾ ਦ ਦ ਬੀਵਿਚਡ ਜੈਕਟ ਠੀਕ ਹੈ ਦ ਬੀਵਿਚਡ ਜੈਕਟ ਨੇਮ ਆਫ ਦਾ ਆਥਰ ਡੀਨੋ ਬੁਜ਼ੈਟੀ ਡੀਨੋ ਬੁਜ਼ੈਟੀ ਇਸ ਦਾ ਬੇਟਾ ਆਥਰ ਹੈ ਰਾਈਟਰ ਹੈ ਸੋ ਅੱਗੇ ਆਪਾਂ ਡਿਸਕਸ ਕਰਦੇ ਆਂ ਦੇਖੋ ਹਾਂਜੀ ਬੇਟਾ ਪਹਿਲੇ ਜੋ ਦੋ ਕੁਐਸਚਨਸ ਨੇ ਉਹ ਆਡੀਓ ਕਲਿੱਪ ਦੇ ਆਧਾਰਿਤ ਨੇ ਆਡੀਓ ਕਲਿੱਪਸ ਤੇ ਬੇਸਿਸ ਤੇ ਜਿਹੜੇ ਕੁਐਸਚਨਸ ਬਣੇ ਹੋਏ ਨੇ ਉਹ ਨੇ ਠੀਕ ਹੈ ਫਰਸਟ ਕੁਐਸਚਨ ਆਪਾਂ ਕਰਦੇ ਆਂ ਹੂ ਲਿਵਡ ਐਟ ਵਾਇਆ ਫੈਰਾਰਾ 17 ਇਸ ਦਾ ਆਨਸਰ ਹੈ ਬੇਟਾ ਅ ਟੇਲਰ ਟੇਲਰ ਦਾ ਐਡਰੈਸ ਸੀ ਉਹ ਵਾਇਆ ਫਰੇਰਾ 17 ਇਸ ਐਡਰੈਸ ਤੇ ਰਹਿੰਦਾ ਸੀ ਟੇਲਰ ਠੀਕ ਹੈ ਹੀ ਵਾਸ ਅ ਲिटल 올ਡ ਮੈਨ ਵਿਦ ਹਿਸ ਹੈਅਰ ਡਾਈਡ ਹੈਅਰ ਡਾਈਡ ਬਲੈਕ ਬਲੈਕ ਜੋ ਹੈ ਉਸਨੇ ਮਤਲਬ ਆਪਣੇ ਵਾਲ ਕਿਤੇ ਹੋਈ ਸੀ ਡਾਈ ਜਿਹੜੀ ਕੀਤੀ ਸੀ ਬਲੈਕ ਸੀ ਠੀਕ ਹੈ ਰੰਗੇ ਹੋਏ ਵਾਲ ਸੀ ਕਾਲੇ ਠੀਕ ਹੈ ਨੈਕਸਟ ਕੁਐਸਚਨ ਹੈ ਹੀ ਸਿਲੈਕਟਡ ਅ ਗ੍ਰੇ ਡੈਸ਼ ਵੂਲ ਵੂਲ ਠੀਕ ਹੈ ਗ੍ਰੇ ਕਲਰ ਦੀ ਵੂਲ ਉਸਨੇ ਸਿਲੈਕਟ ਕੀਤੀ ਸੀ ਦੈਨ

ਬਿਲਕੁਲ ਰਾਈਟ ਹੈ ਐਂਰੇਟਰ ਜੋ ਹੈ ਸੂਟ ਬਣਾਉਣਾ ਚਾਹੁੰਦਾ ਸੀਗਾ ਠੀਕ ਹੈ ਦੀ ਆਥਰ ਹੈਡ ਅ ਵਿਸ਼ ਟੂ ਸੀ ਦੀ 올ਡ ਮੈਨ ਅਗੇਨ ਨੋ ਫਾਲਸ ਹੈ ਦੁਬਾਰਾ ਉਸ 올ਡ ਮੈਨ ਨੂੰ ਮਿਲਣ ਦੀ ਰਾਈਟਰ ਦੀ ਕੋਈ ਇੱਛਾ ਨਹੀਂ ਸੀ ਸੋ ਇਹ ਸਟੇਟਮੈਂਟ ਕੀ ਹੋਗੀ ਫਾਲਸ ਹੋਗੀ ਲਿਸਨ ਟੂ ਦਾ ਆਡੀਓ ਕੇਅਰਫੁਲੀ ਐਂਡ ਅਨਸਰ ਦਾ ਫੋਲੋਇੰਗ ਕੁਐਸਚਨਸ ਇਹ ਆਡੀਓ ਕਲਿੱਪ ਬੇਟਾ ਦੂਸਰੀ ਦੇ ਆਧਾਰਿਤ ਕੁਐਸਚਨਸ ਨੇ ਠੀਕ ਹੈ ਫਰਸਟ ਕੁਐਸਚਨ ਹੈ ਹੂ ਹੈਡ ਕਿਲਡ ਹਰਸੈਲਫ ਕਿਸਨੇ ਆਪਣੇ ਆਪ ਨੂੰ ਮਾਰ ਲਿਆ ਸੀ ਆ ਹਾਊਸ ਵਾਈਫ ਆ ਵਰਕਿੰਗ ਔਮਨ ਐਨ 올ਡ ਰਿਟਾਇਰਡ ਊਮਨ ਐਨ 올ਡ ਰਿਟਾਇਰਡ ਊਮਨ ਬੇਟਾ ਇਹ ਕਰੈਕਟ ਆਪਸ਼ਨ ਹੈ ਇਸ ਦਾ ਠੀਕ ਹੈ ਲੈਸਨ ਦੇ ਵਿੱਚ ਸਟੋਰੀ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਰਿਟਾਇਰਡ ਊਮਨ ਸੀ ਉਹ ਆਪਣੇ ਆਪ ਨੂੰ ਮਾਰ ਲੈਂਦੀ ਹੈ ਦੈਨ ਹਾਊ ਮੈਨੀ ਲੀਰਾ ਹੈਡ ਸੀ ਮਿਸਲੇਡ ਕਿੰਨੇ ਲੀਰਾ ਉਹ ਰੱਖ ਕੇ ਭੁੱਲ ਗਈ ਸੀ ਉਹ ਸੀਗੇ 30000 ਲੀਰਾਸ ਠੀਕ ਹੈ ਬੇਟਾ 30000 ਦੈਨ ਹਾਊ ਡਿਡ ਦ ਨਰੇਟਰ ਅਰਾਈਵ ਐਟ ਵੈਲੀ ਇਨ ਦਾ ਐਲਪਸ ਉਹ ਆਇਆ ਸੀਗਾ ਬੇਟਾ ਬਾਈਕਾਰ ਆਇਆ ਸੀ ਬਾਈਕਾਰ ਇਸ ਦਾ ਆਨਸਰ ਕਰੈਕਟ ਹੈ ਫਿਲ ਇਨ ਦਾ ਬਲੈਂਕਸ ਵਿਦ ਦਾ ਸੂਟੇਬਲ ਵਰਡਸ ਦਨਰੇਟਰ ਹੈਡ ਟੂ ਗੈਟ ਰਿਡ ਆਫ ਦਾ ਜੈਕਟ ਕੀ ਆਏਗਾ ਬੇਟਾ ਇਥੇ ਜੈਕਟ ਤੋਂ ਖਿਹੜਾ ਛਡਾਉਣਾ ਚਾਹੁੰਦਾ ਸੀ ਉਹ ਹੀ ਵਾਸ ਬੀਟਵੀਨ ਟੂ ਡੈਸ਼ ਬੋਲਡਰਸ ਹੀ ਵਾਸ ਬੀਟਵੀਨ ਟੂ ਡੈਸ਼ ਬੋਲਡਰਸ ਹਿਊਜ਼ ਆਏਗਾ ਬੇਟਾ ਆਨਸਰ ਹਿਊਜ਼ ਬੋਲਡਰਸ ਠੀਕ ਹੈ ਦੈਨ chose true or false the narrator decided to destroy the check jacket bilkul true hai kyunki usko tang ho gaya si pareshan ho gaya si jacket ton theek hai is karke usnu ho destroy karna chahunda si bilkul correct hai ye narrator heard the voice of an animal false ਬਿਲਕੁਲ ਫਾਲਸ ਹੈ ਸਟੇਟਮੈਂਟ ਕਹਿ ਰਹੀ ਹੈ ਕਿ ਲੇਖਕ ਨੂੰ ਇੱਕ ਪਸ਼ੂ ਦੀ ਆਵਾਜ਼ ਸੁਣਾਈ ਦਿੱਤੀ ਨੋ ਇੱਕ ਹਿਊਮਨ ਬੀਿੰਗ ਦੀ ਆਵਾਜ਼ ਉਸਨੂੰ ਸੁਣਾਈ ਦਿੱਤੀ ਸੀ ਬੇਟਾ ਸੋ ਇਸ ਸਟੇਟਮੈਂਟ ਕੀ ਹੈ ਫਾਲਸ ਹੈ ਨੈਕਸਟ ਦੇਖੋ ਦਾ ਟੀਚਰ ਵਿਲ ਆਸਕ ਅ ਸਪੀਕਿੰਗ ਸਕਿੱਲ ਹੈ ਬੇਟਾ ਜੇ ਕਲਾਸ ਦੇ ਵਿੱਚ ਤੁਸੀਂ ਆਪਣੇ ਆਪ ਕਰ ਸਕਦੇ ਹੋ ਉਸ ਤੋਂ ਬਾਅਦ ਪੋਸਟਰ ਆਪਣੇ ਕੋਲ ਸੇਫਟੀ ਸੇਵਜ਼ ਠੀਕ ਹੈ ਇਹ ਪੋਸਟਰ ਹੈ ਹਾਊ ਕੈਨ ਆਈ ਟ੍ਰਾਈ ਟੂ ਸਟੇ ਵੈਲ ਐਂਡ ਅਵੋਇਡ ਸਪਰੈਡਿੰਗ ਦਾ ਵਾਇਰਸ ਸੋਸ਼ਲ ਡਿਸਟੈਂਸਿੰਗ हाउ टू स्टिक टूगैदर बाय से पार्ट ठीक है सो so, ये देखो स्टे फ्रॉम कोरोना वायरस कोरोना वायरस न रिलटिड जो है बेटा पोस्टर है इतने लिखा हुआ है ठीक है इस दे आधार पर जो क्वेश्चन डिस्कस कर हैं देखो इतने फस्ट क्वेश्चन है द गिवन पोस्टर क्रिएट्स अवेयरनैस अबाउट प्रिवेंटिंग सप्रैड ऑफ करोना वायरस ठीक है कोरोना वायरस ਨੂੰ ਫੈਲਣ ਤੋਂ ਬਚਾਉਣ ਲਈ ਜੋ ਹੈ ਅਵੇਅਰਨੈਸ ਇਹ ਜੋ ਹੈ ਪੋਸਟਰ ਆਪਣੇ ਲਈ ਜੋ ਹੈ ਦੱਸਦਾ ਹੈ ਪਾਨੂੰ ਉਸ ਬਾਰੇ ਠੀਕ ਹੈ ਸਟੇ ਸੇਫ ਫਰਮ ਕੋਰੋਨਾ ਵਾਇਰਸ ਕਲੀਅਰ ਕਟ ਇਤੇ ਲਿਖਿਆ ਹੋਇਆ ਹੈ ਬਿਲਕੁਲ ਸਪਸ਼ਟ ਹੈ ਠੀਕ ਹੈ ਵੀ ਸ਼ੁੱਡ ਵਾਸ਼ ਹੈਂਡਸ ਫ੍ਰੀਕਵੈਂਟਲੀ ਵਿਦ ਸਾਬਨ ਐਂਡ ਅਵੋਰਡ ਸਪਰੈਡਿੰਗ ਦਾ ਵਾਇਰਸ ਬਿਲਕੁਲ ਟ੍ਰੂ ਹੈ ਠੀਕ ਹੈ ਸਾਨੂੰ ਆਪਣੇ ਹੱਥ ਵਾਰ-ਵਾਰ ਜੋ ਹੈ ਸਾਬਣ ਨਾਲ ਧੋਣੇ ਚਾਹੀਦੇ ਨੇ ਤਾਂ ਕਿ ਜੋ ਹੈ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ ਠੀਕ ਹੈ ਬੇਟਾ ਨੈਕਸਟ ਦੇਖੋ ਡੈਸ਼ ਇਸ ਟੂਲ ਪਬਲਿਕ ਹੈਲਥ ਅਫੀਸ਼ੀਅਲਸ ਰეკਮੈਂਡਡ ਟੂ ਸਲੋ ਦਾ ਸਪਰੈਡ ਆਫ ਕੋਰੋਨਾ ਵਾਇਰਸ ਇਟ ਮੀਨਸ ਸਟੇਇੰਗ ਅਪਾਰਟ ਇਸ ਦਾ ਮਤਲਬ ਇਹ ਹੈਗਾ ਜੀ ਸੋਸ਼ਲ ਡਿਸਟੈਂਸਿੰਗ ਸੀ ਬੀ ਆਪਸ਼ਨ ਕਰੈਕਟ ਹੈ ਠੀਕ ਹੈ ਵਾਟ ਸ਼ੁੱਡ ਅ ਪਰਸਨ ਸਫਰਿੰਗ ਫ্রম ਕੋਰੋਨਾ ਵਾਇਰਸ ਡੂ ਜੇ ਕੋਈ ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਹੋ ਜਾਏ ਤਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ ਉਸ ਨੂੰ ਕੀ ਕਰਨਾ ਚਾਹੀਦਾ ਬੇਟਾ ਬੀ ਆਪਸ਼ਨ ਕਰੈਕਟ ਹੈ ਆਈਸੋਲੇਟ ਹਿਮਸੈਲਫ ਆਪਣੇ ਆਪ ਨੂੰ ਅਲੱਗ ਕਰ ਲੈਣਾ ਚਾਹੀਦਾ ਹੈ ਆਈਸੋਲੇਟ ਕਰ ਲੈਣਾ ਚਾਹੀਦਾ ਹੈ ਠੀਕ ਹੈ ਕੁਆਰੰਟੇਨ ਕਰ ਲੈਣਾ ਚਾਹੀਦਾ ਹੈ ਨੈਕਸਟ ਦੇਖੋ ਹਾਊ ਕੈਨ ਵੀ ਸਟਿਕ ਟੁਗੇਦਰ ਬਾਈ ਸਟੇਇੰਗ ਅਪਾਰਟ ਅਸੀਂ ਦੂਰ ਰਹਿੰਦੇ ਹੋਏ ਵੀ ਇਕੱਠੇ ਕਿਵੇਂ ਰਹਿ ਸਕਦੇ ਹਾਂ ਯੂਜ਼ਿੰਗ ਮੋਬਾਈਲ ਫੋਨਸ ਯੂਜ਼ਿੰਗ ਇੰਟਰਨੈਟ ਐਂਡ ਸੋਸ਼ਲ ਮੀਡੀਆ ਬੋਥ ਦੀ ਅਬਵ ਬਿਲਕੁਲ ਸੀ ਆਪਸ਼ਨ ਕਰੈਕਟ ਹੈ ਇਹਨਾਂ ਦੋਨਾਂ ਦੀ ਮਦਦ ਨਾਲ ਮੋਬਾਈਲ ਦੀ ਮਦਦ ਨਾਲ ਮਦਦ ਨਾਲ ਤੇ ਇੰਟਰਨੈਟ ਸੋਸ਼ਲ ਮੀਡੀਆ ਦੀ ਮਦਦ ਨਾਲ ਅਸੀਂ ਫਿਰ ਵੀ ਕਨੈਕਟਿਡ ਰਹਿ ਸਕਦੇ ਹਾਂ ਦੂਰ ਰਹਿੰਦੇ ਹੋਏ ਵੀ ਇਕੱਠੇ ਰਹਿ ਸਕਦੇ ਹਾਂ ਐਸ ਦਾ ਪ੍ਰੀਵੈਂਟਿਵ ਮੈਜਰ ਫਰਮ ਦਾ ਵਾਇਰਸ ਚਿਲड्रन ਸ਼ੁੱਡ ਅਵੋਇਡ ਬੱਚਿਆਂ ਨੂੰ ਕੀ ਤਿਆਗਣਾ ਚਾਹੀਦਾ ਹੈ ਗ੍ਰੈਂਡ ਪੇਰੈਂਟਸ ਫੋਰ ਸਮ ਟਾਈਮ ਕਿਉਂਕਿ ਇਹ ਬਜ਼ੁਰਗਾਂ ਦੇ ਵਿੱਚ ਜ਼ਿਆਦਾ ਹੁੰਦਾ ਬੇਟਾ ਕਰੋਨਾ ਵਾਇਰਸ ਇਸ ਕਰਕੇ ਕਿਹਾ ਗਿਆ ਸੀ ਕਿ ਗ੍ਰੈਂਡ ਪੇਰੈਂਟਸ ਤੋਂ ਬੱਚੇ ਕੁਝ ਸਮੇਂ ਲਈ ਦੂਰ ਰਹਿਣ ਜਦੋਂ ਤੱਕ ਇਹ ਬਿਮਾਰੀ ਹੈ ਵਾਇਰਸ ਹੈ ਠੀਕ ਹੈ ਬੇਟਾ ਸੋ ਇਹ ਆਪਸ਼ਨ ਕਰੈਕਟ ਹੈ ਉਸ ਤੋਂ ਬਾਅਦ ਦੇਖੋ ਬੇਟਾ ਅੱਗੇ ਇਹ ਹਿੰਟਸ ਦਿੱਤੇ ਹੋਏ ਨੇ ਆਪਾਂ ਨੂੰ ਦਬੇ ਵਿੱਚ ਰਿਜੈਕਟ ਲੈਸਨ ਵਿੱਚੋਂ ਹੀ ਹੈ ਤੇ ਇਸ ਨੂੰ ਜੋ ਹੈ ਆਪਾਂ ਪੈਰਾਗ੍ਰਾਫ ਟਾਈਪ ਇੱਥੇ ਲਿਖਣਾ ਹੈ ਇਹ ਦੱਸਣਾ ਹੈ ਵੀ ਜਿਵੇਂ ਹੀ ਉਹ ਇਲਗੋਟਨ ਮਨੀ ਹੈ ਬੁਰੇ ਤਰੀਕੇ ਨਾਲ ਜੋ ਜਦੋਂ ਧਨ ਕਮਾਇਆ ਜਾਂਦਾ ਹੈ ਤਾਂ ਕੋਈ ਨਾ ਕੋਈ ਬੈਡ ਹੈਪਨਿੰਗਸ ਵੀ ਹੋ ਜਾਂਦੀ ਹੈ ਸਟੋਰੀ ਦੇ ਵਿੱਚ ਠੀਕ ਹੈ ਸੋ ਉਹ ਉਹਨਾਂ ਦੇ ਆਧਾਰਿਤ ਦਵੇ ਇਹ ਹਿੰਟਸ ਨੇ ਤੇ ਆਪਾਂ ਨੇ ਪੈਰਾਗ੍ਰਾਫ ਟਾਈਪ ਇਸ ਨੂੰ ਲਿਖਣਾ ਸੀ ਆਪਾਂ ਪੜ੍ਹਦੇ ਹਾਂ ਤੁਹਾਡੇ ਲਈ ਨੋਟ ਕਰ ਲਓ ਤੁਸੀਂ ਵਰਕਬੁੱਕ ਦੇ ਵਿੱਚ ਲਿਖ ਲਓ ਨਾਲ ਦੀ ਨਾਲ ði author began counting the notes ਲੇਖਕ ਨੇ ਨੋਟ ਗਿਣਨੇ ਸ਼ੁਰੂ ਕੀਤੇ these were 58 million lira ਇਹ ਜੋ ਹੈ 58 ਮਿਲੀਅਨ ਲੀਰਾ ਸੀਗੇ ਠੀਕ ਹੈ ਔਨ ਦੀ ਅਦਰ ਹੈਂਡ ਅ ਬੈਂਕਸ ਕਾਰ ਵਾਸ ਰੋਬਡ ਦੂਜੇ ਪਾਸੇ ਕੀ ਹੁੰਦਾ ਇੱਕ ਬੈਂਕ ਦੀ ਕਾਰ ਨੂੰ ਲੁੱਟ ਲਿਆ ਜਾਂਦਾ ਐਂਡ ਦਾ ਅਮਾਉਂਟ ਆਫ ਦਾ ਲੂਟ ਵਾਸ ਦਾ ਸੇਮ ਅਤੇ ਲੁੱਟੀ ਹੋਈ ਰਕਮ ਰਕਮ ਜੋ ਹੈ ਉਹ ਬਿਲਕੁਲ ਉਨੀ ਹੀ ਸੀ ਯਾਨੀ ਕਿ 58 ਲੀਰਾ ਹੀ ਜੋ ਹੈ ਉਧਰੋਂ ਬੈਂਕ ਦੀ ਕਾਰ ਵਿੱਚੋਂ ਲੁੱਟੇ ਗਏ ਠੀਕ ਹੈ ਇੱਧਰ ਜੋ ਹੈ ਉਸਨੇ ਉਸ ਦੀ ਜੇਬ ਦੇ ਵਿੱਚੋਂ ਨਿਕਲੇ ਸੀਗੇ ਠੀਕ ਹੈ ਰਾਈਟਰ ਦੀ ਜੇਬ ਦੇ ਵਿੱਚੋਂ ਵੀ 58 ਮਿਲੀਅਨ ਲੀਰਾ ਨਿਕਲੇ ਸੀ ਠੀਕ ਹੈ ਇੱਕ ਘਟਨਾ ਹੋ ਗਈ ਦੂਸਰੀ ਦੇਖੋ ਵੈਨ ਹੀ ਡਰੂ 135 ਮਿਲੀਅਨ 135 ਮਿਲੀਅਨ ਜਦੋਂ ਉਸਨੇ ਆਪਣੇ ਜੇਬ ਵਿੱਚੋਂ ਕੱਢੇ ਅ ਵੇਅਰ ਹਾਊਸ ਟੁਕ ਫਾਇਰ ਇੱਕ ਵੇਅਰ ਹਾਊਸ ਦੇ ਵਿੱਚ ਅੱਗ ਲੱਗ ਗਈ ਐਂਡ ਦਾ ਸੇਮ ਅਮਾਉਂਟ ਆਫ ਮਨੀ ਵਾਸ ਡਿਸਟਰੋਇਡ ਅਤੇ ਉਨੀ ਹੀ ਅਮਾਉਂਟ ਉਸ ਦੇ ਵਿੱਚ ਡਿਸਟਰੋਏ ਹੋ ਗਈ ਕਿੰਨੀ 135000 ਮਿਲੀਅਨ ਲੀਰਾ ਠੀਕ ਹੈ ਵੈਨ ਏਵਰ ਵੈਨ ਐਵਰ ਹੀ ਡਰੂ ਮਨੀ ਫਰੋਮ ਹਿਸ ਪੋਕਟ ਜਦੋਂ ਵੀ ਉਹ ਆਪਣੀ ਜੇਬ ਵਿੱਚੋਂ ਪੈਸੇ ਕੱਢੇ ਕੱਢੇ ਉਸਨੇ ਸਮਥਿੰਗ ਪੇਨਫੁਲ ਹੈਪਨ ਇਨ ਦਾ ਵਰਲਡ ਕੁਛ ਨਾ ਕੁਛ ਦੁਨੀਆ ਵਿੱਚ ਦਰਦਨਾਕ ਜਿਹਾ ਵਾਪਰਿਆ ਵੈਨ ਹੀ ਡਰੂ 30000 ਲੀਰਾ ਜਦੋਂ ਉਸਨੇ 30000 ਲੀਰਾ ਕੱਢੇ ਬਾਹਰ ਆਪਣੀ ਜੇਬ ਦੇ ਵਿੱਚੋਂ ਹੀ ਆ ਰਿਟਾਇਰਡ ਊਮਨ ਕਿਲਡ ਹਰਸੈਲਫ ਇੱਕ ਰਿਟਾਇਰਡ ਸੇਵਾ ਨਿਵ੍ਰਿਤ ਔਰਤ ਸੀ ਉਸਨੇ ਆਪਣੇ ਆਪ ਨੂੰ ਮਾਰ ਲਿਆ ਸੋ ਇਹ ਸੀਗਾ ਠੀਕ ਹੈ ਇੰਟਰਕਨੈਕਟਿਡ ਸੀਗੇ ਇਹ ਗੱਲਾਂ ਅੱਗੇ ਦੇਖੋ ਫਿਲ ਇਨ ਦਾ ਫਿਲ ਦਾ ਕਰੈਕਟ ਆਨਸਰਸ ਇਨ ਦਾ 기ਵਨ ਬਲੈਂਕਸ ਐਂਡ ਦਾ ਕਰੋਸਵਰਡ ਇੱਕ ਕਰੋਸਵਰਡ ਇਸ ਤੇ ਦਿੱਤੀ ਹੋਈ ਹੈ ਬਟਾ ਉਸ ਨੂੰ ਫਿਲ ਕਰਾਂਗੇ ਆਪਾਂ ਫਰਸਟ ਬਲੈਂਕ ਹੈ ਕੋਰ ਇਸ ਇਸ ਦੇ ਵਿੱਚ ਆਏਗਾ ਕੋਰਟਿਸੋਲਾ ਹੈਡ ਮੇਡ ਦਾ ਜੈਕਟ ਥੈਨ ਦੀ ਟੇਲਰ ਲਿਵਡ ਐਟ ਵਾਇਆ ਫੇਰਾਰਾ 17 ਥੈਨ ਦੀ ਆਥਰ ਫਾਊਂਡ ਮਨੀ ਇਨ ਦਾ ਰਾਈਟ ਪਾਕਟ ਹੀ ਹਿਡ ਮਨੀ ਇਨ ਐਨ 올ਡ ਟਰੰਕ ਹੀ ਅਰਾਈਵਡ ਅ ਵੈਲੀ ਇਨ ਦਾ ਐਲਪਸ ਬਾਈ ਕਾਰ the money had come from crime at last he set the jacket on fire then the jacket turned into ashes raakh de vich swaad de vich tabdeel ho gayi jacket ant de vich theek hai itthe apne isnu beta fill bhi kita hai dekho itthe main fill karde ne eh theek hai tusi bhi fill kar lo eh dekho pehla cortisaela hai dusra ferrara hai tisra pocket hai chautha trunk hai panjve number te car hai beta chhewa ho gaya is tarah dekho crime hai ਤੇ 7 ਨੰਬਰ ਤੇ ਆਪਣੇ ਕੋਲ ਆ ਗਿਆ ਫਾਇਰ 8 ਨੰਬਰ ਤੇ ਐਸ਼ਿਸ ਠੀਕ ਹੈ ਇਸ ਤਰ੍ਹਾਂ ਫਿਲ ਕਰ ਲਓ ਇਸ ਨੂੰ ਅੱਗੇ ਦੇਖੋ who did the author meet at a reception in milan ਮਿਲਨ ਦੇ ਵਿੱਚ ਕਿਸ ਨੂੰ ਮਿਲਿਆ ਸੀ ਰਿਸੈਪਸ਼ਨ ਤੇ ਅ ਮੈਨ ਆਫ ਅਬਾਊਟ 40 ਲਗਭਗ 40 ਸਾਲਾਂ ਦੀ ਉਮਰ ਦੇ ਇੱਕ ਬੰਦੇ ਨੂੰ ਮਿਲਿਆ ਸੀ ਦੀ ਟੇਲਰ ਲਿਵਡ ਐਟ ਵਾਇਆ ਫੈਰਾਰਾ 17 ਦੀ ਆਥਰ ਹਿਡ ਦਾ ਮਨੀ ਇਨ ਐਨ 올ਡ ਟਰੰਕ ਟ्रू ਹੈ ਇਹ ਬਿਲਕੁਲ ਥੈਨ ਅ ਚਾਰੀਬਲ ਫਾਇਰ ਹੈਡ ਡਿਸਟਰੋਇਡ ਅ ਵੇਅਰ ਹਾਊਸ ਵੇਅਰ ਹਾਊਸ ਦੇ ਵਿੱਚ ਅੱਗ ਲੱਗੀ ਸੀ ਦੀ ਆਥਰ ਡਿਸਟ੍ਰੋਇਡ ਦੀ ਜੈਕਟ ਬਾਈ ਥਰੋਇੰਗ ਇਟ ਇਨਟੂ ਰਿਵਰ ਇਹ ਜੋ ਹੈ ਬੇਟਾ ਫਾਲਸ ਹੈ ਠੀਕ ਹੈ ਇਹ ਸਟੇਟਮੈਂਟ ਕੀ ਹੈ ਬੇਟਾ ਫਾਲਸ ਹੈ ਕਿਉਂਕਿ ਉਸਨੇ ਨਦੀ ਵਿੱਚ ਜੈਕਟ ਨੂੰ ਨਹੀਂ ਸੁੱਟਿਆ ਸੀ ਬਲਕਿ ਅੱਗ ਲਗਾਈ ਸੀ ਉਸਨੇ ਠੀਕ ਹੈ ਸੋ ਇੱਥੇ ਤੁਹਾਡਾ ਇਹ ਤੁਹਾਡੀ ਵਰਕਸ਼ੀਟ ਇੱਥੇ ਕੰਪਲੀਟ ਹੁੰਦੀ ਹੈ ਸੋ ਉਮੀਦ ਕਰਦਾ ਹਾਂ ਵੀਡੀਓ ਵਧੀਆ ਲੱਗੀ ਹੋਊਗੀ ਸੋ ਵੀਡੀਓ ਨੂੰ ਲਾਈਕ ਕਰ ਦਿਓ ਬੇਟਾ ਪਲੀਜ਼ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਆਪਣੇ ਸਾਥੀਆਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਉਹ ਵੀ ਆਪਣੇ ਐਗਜ਼ਾਮ ਦੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਣ ਠੀਕ ਹੈ ਬੇਟਾ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਵੈਰੀ ਮੱਚ ਬਾਏ ਬਾਏ